ਕਿ ਇੱਕ ਸਟਰੋਂਗ ਥਾਟ ਇੱਕ ਇੱਕ ਪੱਕਾ ਵਿਚਾਰ ਇੱਕ ਮੇਰੇ ਮਨ ਚ ਵਿਚਾਰ ਆਇਆ ਹੈ ਇੱਕ ਪੱਕਾ ਵਿਚਾਰ ਇਹਨੂੰ ਅਸੀਂ ਕਿਵੇਂ ਜਸਟੀਫਾਈ ਕਰਾਂਗੇ ਕਿਵੇਂ ਦੱਸਾਂਗੇ ਕਿ ਇਹ ਮੇਰਾ ਵਿਚਾਰ ਪੱਕਾ ਵਿਚਾਰ ਹੈ ਇਹ ਮੇਰਾ ਵਿਚਾਰ ਹੈ ਜਾਂ ਅਸੀਂ ਆਪਣੇ ਵਿਚਾਰ ਨੂੰ ਹੀ ਪੱਕਾ ਕਰਨਾ ਹੋਵੇ ਤੇ ਕਿਵੇਂ ਕਰ ਸਕਦੇ ਹਾਂ ਵਿਚਾਰਾਂ ਨੂੰ ਪੱਕਾ ਕਰਨ ਵਾਸਤੇ ਡੂ অর ਡਾਈ ਦਾ ਥਾਟ ਚਾਹੀਦਾ ਜੀ ਜੀ ਕਿ ਕਰਨਾ ਮੀਨਸ ਕਰਨਾ ਜੀ ਕਰਨਾ ਡਸਨਟ ਮੀਨ ਐਨੀ ਅਦਰ ਆਪਸ਼ਨ ਜੀ ਜੇ ਅਸੀਂ ਉਸ ਤਰ੍ਹਾਂ ਦਾ ਥੌਟ ਲੈ ਕੇ ਸੋਵਾਂਗੇ ਤੇ ਉਹ ਕੰਮ ਕਰੇਗਾ ਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਸਾਡਾ ਥੌਟ ਬੜਾ ਡਿਟਰਮਿੰਡ ਵੀ ਹੁੰਦਾ ਜੀ ਉਹਦੇ ਬਾਅਦ ਵੀ ਇੱਕ ਦੂਸਰੀ ਚੀਜ਼ ਹੈ ਜੀ ਸੜੀ ਇੱਕ ਇੰਟਰਨਲ ਪਰਸਨੈਲਿਟੀ ਹੈ ਜਿਹਨੂੰ ਅਸੀਂ ਆਪਣੀ ਹੈਬਿਟਸ ਕਹਿੰਦੇ ਆ ਪੁਰਾਣੇ ਸੰਸਕਾਰ ਪੁਰਾਨੀਆਂ ਆਦਤਾਂ ਉਹ ਵੀ ਕਈ ਵਾਰੀ ਆ ਕੇ ਤੇ ਉਸ ਚੀਜ਼ ਨੂੰ ਕਮਜ਼ੋਰ ਕਰ ਦਿੰਦੀ ਹੈ ਜਿਸ ਤਰ੍ਹਾਂ ਕਿਸੇ ਦੀ ਆਲਸ ਦੀ ਆਦਤ ਹੈ ਕਿੰਨਾ ਮਰਜ਼ੀ ਪੱਕਾ ਸੋਚ ਲੈ ਕਰਨ ਵਾਲੀ ਉਹਨੂੰ ਆਲਸ ਆ ਜਾਣਾ ਤੇ ਇਸ ਚੀਜ਼ ਨੂੰ ਓਵਰਕਮ ਕਰਨ ਵਾਸਤੇ ਸਾਨੂੰ ਕਈ ਤਰ੍ਹਾਂ ਦੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਪਹਿਲੀ ਗੱਲ ਸਾਨੂੰ ਫਿਲਾਸਫੀਕਲ ਚਾਹੀਦੀ ਹੈ ਜਿਸ ਤਰ੍ਹਾਂ ਇੱਕ ਤਰਾਜੂ ਹੈ ਜੀ ਤਰਾਜੂ ਵਿੱਚ ਕੋਈ ਚੀਜ਼ ਅਸੀਂ weight ਕਰਨੀ ਹੈ ਤੇ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਇੱਕ ਪਾਸੇ ਤੁਸੀਂ weight ਰੱਖੋ ਤੇ ਦੂਸਰੇ ਪਾਸੇ ਤੁਹਾਨੂੰ ਓਨੀ ਚੀਜ਼ ਪਾਣੀ ਪਏਗੀ ਜਿੰਨਾ ਉਹਦਾ weight ਹੈ ਜੇ ਉਹ ਚੀਜ਼ ਥੋੜੀ ਹੈ ਤੇ weight ਤੁਸੀਂ ਜ਼ਿਆਦਾ ਰੱਖਿਆ ਤਾਂ weight ਵਾਲਾ ਪਲੜਾ ਹਮੇਸ਼ਾ ਨੀਵਾਂ ਹੀ ਰਹਿਣਾ ਜੀ ਇਸੇ ਤਰ੍ਹਾਂ ਸਮਝੋ ਕਿ ਅਸੀਂ ਇਹ ਸੋਚ ਲਿਆ ਕਿ ਇਹ ਕੰਮ ਅਸੀਂ ਕਰਨਾ ਹੈ ਤੇ ਉਹਦੇ ਅਦਰ ਸਾਈਡ ਸਾਨੂੰ ਕੋਈ ਹੋਰ ਚੀਜ਼ ਵੀ ਮਿਲ ਰਹੀ ਹੈ ਜਿਸ ਤਰ੍ਹਾਂ ਸਵੇਰੇ 4 ਵਜੇ ਉੱਠਣਾ ਤੇ ਸਵੇਰੇ 4 ਵਜੇ ਦਾ ਟਾਈਮ ਇਸ ਤਰ੍ਹਾਂ ਦਾ ਹੈ ਕਿ ਜਿਸ ਟਾਈਮ ਸਾਨੂੰ ਬੜਾ ਆਰਾਮ ਵੀ ਫੀਲ ਹੁੰਦਾ ਹੈ ਜੀ ਜੀ ਜਿਸ ਟਾਈਮ ਸਾਨੂੰ ਬੜੀ ਮਿੱਠੀ ਨੀਂਦ ਆਂਦੀ ਹੈ ਜੀ 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 ਔਰ ਉਹ ਨੀਂਦ ਵੀ ਸਾਨੂੰ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਜੰਨਤ ਦਾ ਸੁੱਖ ਮਿਲ ਰਿਹਾ ਹੋਵੇ ਜੀ 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 ਤੇ ਸਾਡੇ ਮਨ ਚ ਇਸ ਤਰ੍ਹਾਂ ਦੀ ਕੋਈ ਚਰਨਿੰਗ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਬੈਨੀਫਿਟਸ ਅਸੀਂ ਸੋਚ ਕੇ ਰੱਖੀਏ ਉਸ ਗੱਲ ਵਾਸਤੇ ਜੋ ਜਿਹੜੇ ਸਾਨੂੰ ਇਹ ਦੱਸ ਦੇਣ ਕਿ ਉਹ ਮਿੱਠੀ ਨੀਂਦ ਤੋਂ ਮਿਠਾ ਵੀ ਕੁਝ ਹੋਰ ਹੈਗਾ ਜੀ 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 ਕਿ ਅੱਜ ਦੀ ਮਿੱਠੀ ਨੀਂਦ ਕੱਲ ਤੁਹਾਡੇ ਵਾਸਤੇ ਬਿਮਾਰੀਆਂ ਪੈਦਾ ਕਰ ਸਕਦੀ ਹੈ ਜੀ 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 ਅੱਜ ਦੀ ਮਿੱਠੀ ਨੀਂਦ ਤੁਹਾਡੇ ਕਈ ਕੰਮਾਂ ਖਰਾਬ ਕਰ ਸਕਦੀ ਹੈ ਜ 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 ਤੁਸੀਂ ਬੇਈਮਾਨੀ ਤੋਂ ਬਚਾਣਾ ਹੈ ਤੇ ਉਹਦੇ ਵਾਸਤੇ ਪੁਲਿਸ ਦਾ ਪੈਰਾ ਵੀ ਰੱਖੋ ਉਹਦੇ ਵਾਸਤੇ ਤੁਸੀਂ ਲਾਜ਼ ਵੀ ਬਣਾਓ ਉਹਦੇ ਵਾਸਤੇ ਤੁਹਾਨੂੰ ਕਈ ਹੋਰ ਤਰੀਕੇ ਅਪਣਾਣੇ ਪੈਣੇ ਹਨ ਜੀ ਕਿ ਉਹਦਾ ਪਤਾ ਚਲ ਜਾਣਾ ਜੇ ਦੁੱਧ ਚ ਮਿਲਾਵਟ ਕੀਤੀ ਤੇ ਉਹਦੀ ਚੈਕਿੰਗ ਹੋ ਜਾਣੀ ਹੈ ਉਹ ਮਾਪਿਆ ਜਾ ਸਕਦਾ ਹੈ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਦ੍ਰਿੜਤਾ ਆਪਣੇ ਮਨ ਨੂੰ ਦੇਣੀ ਪੈਂਦੀ ਹੈ ਤੇ ਇੱਕ ਤਰੀਕਾ ਇਹ ਹੋ ਸਕਦਾ ਜੀ 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 ਦੂਸਰਾ ਤਰੀਕਾ ਹੁੰਦਾ ਹੈ ਦੇ ਵਾਸਤੇ ਕਿ ਅਸੀਂ ਸਾਡੇ ਡੀਪ ਸਬਕੌਂਸ਼ੀਅਸ ਮਾਈਂਡ ਦੇ ਅੰਦਰ ਵੀ ਕੁਝ ਵੀਕਨੈਸ ਹੁੰਦੀ ਹੈ ਤੇ ਉਹਦੇ ਵਾਸਤੇ ਸਾਨੂੰ ਰਾਤੀ ਕੁਝ ਪ੍ਰੇਪਰੇਸ਼ਨ ਕਰ ਲੈਣੀ ਚਾਹੀਦੀ ਜੀ ਜੀ ਜਿਸ ਤਰ੍ਹਾਂ ਸੌਣ ਤੋਂ ਪਹਿਲਾਂ ਜੀ ਆਪਾਂ ਕੁਝ ਤਿਆਰੀ ਕਰਕੇ ਸੋਈ ਜੀ ਆਪਣਾ ਬਿਸਤਰਾ ਬੁਸਰਾ ਤੇ ਹਰ ਇੱਕ ਕੋਈ ਤਿਆਰ ਕਰ ਲੈ ਬਿਲਕੁਲ ਬਿਲਕੁਲ ਲੇਕਿਨ ਆਪਣੇ ਮਨ ਚ ਸਾਨੂੰ ਤਿਆਰੀ ਕਰਨੀ ਪੈਣੀ ਹੈ ਰਹਿਤੀ ਸੌਣ ਤੋਂ ਪਹਿਲੇ ਜੀ ਜੇ ਅਸੀਂ 10 ਮਿੰਟ ਸਾਇਲੈਂਸ ਹੋ ਕੇ ਬਿਲਕੁਲ ਸੌਣ ਤੋਂ ਇਮੀਡੀਏਟ ਪਹਿਲੇ ਉਹਦੇ ਬਾਅਦ ਕੁਝ ਹੋਰ ਨਹੀਂ ਕਰਨਾ ਤੇ 10 ਮਿੰਟ ਪਹਿਲੇ ਆਪਣੇ ਮਾਈਂਡ ਨੂੰ ਸੀ ਟਿਊਨ ਕਰਨਾ ਸੌਣ ਤੋਂ 10 ਮਿੰਟ ਪਹਿਲਾਂ 10 ਮਿੰਟ ਪਹਿਲਾਂ ਕਿਉਂਕਿ ਉਸ ਟਾਈਮ ਸਾਡਾ ਸਬਕੌਨਸ਼ੀਅਸ ਮਾਈਂਡ ਲੈਵਲ ਤੇ ਹੁੰਦਾ ਕੌਂਸ਼ੀਅਸ ਮਾਈਂਡ ਆਪਣੇ ਆਬ ਦਿਨ ਦੀ ਐਕਟੀਵਿਟੀਆਂ ਤੋਂ ਵਿਡਰੋ ਕਰ ਲੈਂਦਾ ਜੀ ਤੇ ਉਸ ਵੇਲੇ ਜੇ ਅਸੀਂ ਸਬਕੌਂਸ਼ੀਅਸ ਮਾਈਂਡ ਚ ਜੋ ਫੀਡ ਕਰ ਦੇਾਂਗੇ ਉੱਠਦੇ ਹੀ ਉਹ ਐਕਸ਼ਨ ਚ ਆ ਜਾਏਗਾ ਜ਼ਰੂਰ ਜੀ 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 ਸਮਝੋ ਆਪਣੇ ਮਾਈਂਡ ਨੂੰ ਸੀ ਪੜ੍ਹਾ ਦੇਣਾ ਰਾਤੀ ਸੌਣ ਤੋਂ ਪਹਿਲੇ ਸਵੇਰੇ ਉੱਠ ਕੇ ਜੇ ਸੈਰ ਕੀਤੀ ਤੇ ਉਹਦੀ ਜਿਹੜੀ ਠੰਡੀ ਹਵਾ ਮਿਲੇਗੀ ਜਿਹੜੀ ਤਾਜ਼ੀ ਆਕਸੀਜਨ ਮਿਲੇਗੀ ਉਹਦੇ ਨਾਲ ਮੇਰੇ ਲੰਗਸ ਠੀਕ ਹੋ ਜਾਣਗੇ ਉਹਦੇ ਨਾਲ ਮੇਰੇ ਮਸਲਸ ਸਟਰੋਂਗ ਹੋ ਜਾਣਗੇ ਜੇ ਮੇਰੀ ਹੈਲਥ ਅੱਛੀ ਹੋ ਗਈ ਤੇ ਮੇਰੇ ਬਾਕੀ ਸਾਰੀ ਐਕਟੀਵਿਟੀਆਂ ਠੀਕ ਹੋ ਜਾਣਗੀਆਂ ਦੂਸਰਾ ਤੁਸੀਂ ਆਪਣੇ ਮਨ ਨੂੰ ਪ੍ਰਭੂ ਦੇ ਹਵਾਲੇ ਕਰਨਾ ਦਿਨ ਭਰ ਦੀ ਕੋਈ ਵੀ ਟੈਨਸ਼ਨ ਜੇ ਅੰਦਰ ਕੰਮ ਕਰ ਰਹੀ ਹੈ ਰੱਬ ਨੂੰ ਸੌਂਪ ਦਿਓ ਇਹ ਹੈ ਪਰਮ ਪਿਤਾ ਇਤੁਸੀਂ ਜੀ ਨੂੰ ਤੁਹਾਡਾ ਕੰਮ ਜਾਣੇ ਮੈਂ ਤੁਹਾਡਾ ਬੱਚਾ ਮੈਂ ਤੁਹਾਡੀ ਗੋਦੀ ਚ ਆ ਕੇ ਸੋ ਰਿਹਾ ਤੇ ਸਵੇਰੇ ਤੁਸੀਂ ਮੈਨੂੰ ਉਠਾ ਦੇਣਾ ਇਹ ਤੁਸੀਂ ਡਬਲ ਤਿਆਰੀ ਕਰ ਲਈ ਜੀ 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 ਉਹਦੀ అలਰਮ ਦੀ ਵੀ ਤਿਆਰੀ ਹੈ ਤੁਸੀਂ ਆਪਣੇ ਮਨ ਨੂੰ ਵੀ ਤਿਆਰ ਕਰ ਲਿਆ ਨਾਲ ਮਨ ਨੂੰ ਖਾਲੀ ਕਰਤਾ ਤੇ ਪਰਮਾਤਮਾ ਨੂੰ ਸੌਂਪਤਾ ਜੀ ਜੀ ਕਿਸ ਵੇਰੇ ਤੁਸੀਂ ਉਠਹਣਾ ਹੈ ਮੈਨੂੰ ਤੇ ਸਵੇਰੇ ਉਸ ਵੇਲੇ ਤੁਹਾਡੀ ਅੱਖ ਖੁੱਲੇਗੀ ਜ਼ਰੂਰ ਜੀ ਬਸ ਤੁਸੀਂ ਪਹਿਲਾ ਕੰਮ ਕਰਨਾ ਪੈਰ ਜ਼ਮੀਨ ਤੇ ਰੱਖਣਾ ਜੀ 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 ਉਹਦੇ ਬਾਅਦ ਸਿੱਧਾ ਵਾਸ਼ਰੂਮ ਜਾਣਾ ਜੀ 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 ਵਾਸ਼ ਬੈਸਨ ਦੇ ਅੱਗੇ ਜਾ ਕੇ ਅੱਖਾਂ ਚੰਗੀ ਤਰ੍ਹਾਂ ਧੋ ਲੋ ਜੀ 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 ਯਾਨੀ ਇਹਦੇ ਵਾਸਤੇ ਤੁਸੀਂ ਕੋਈ ਨਾ ਕੋਈ ਤਰੀਕੇਜ਼ ਯੂਜ਼ ਕਰਨੇ ਜੀ ਜੀ Subscribe now and press the bell icon. Never miss an update.